ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਹੁਣ ਕੁਛ ਥੋੜੇ ਜਿਹੇ ਸਵਾਲ ਹੁੰਦੇ ਨੇ, ਕਈ ਵਾਰੀ ਤੁਸੀਂ ਵਾਰ ਵਾਰ ਕਰਦੇ ਰਹਿੰਦੇ ਹੋ, ਤੇ ਮੈਂ ਸੋਚਿਆ ਵੀ ਪਹਿਲਾਂ ਹੀ ਮੈਂ ਤੁਹਾਨੂੰ ਦੱਸਦਾ, ਕਿਉਂਕਿ ਫਿਰ ਬਾਅਦ ਵਿੱਚ ਕਿਸੇ ਦਾ ਕੋਈ ਕਮੈਂਟ ਹੁੰਦਾ, ਕਿਸੇ ਦਾ ਕੋਈ ਕਮੈਂਟ ਹੁੰਦਾ ਵੀ ਮਹਿਕ ਕਿੱਥੇ ਆ, ਮਹਿਕ ਪਹਿਲਾਂ ਕਿਉਂ ਨਹੀਂ ਸੀ ਜਾਂਦੀ। ਤੇ ਕਈ ਵਾਰੀ ਕੋਈ ਪ੍ਰੋਬਲਮਾਂ ਹੁੰਦੀਆਂ ਨੇ, ਜਿੱਦਾਂ ਕਿ ਹੁਣ ਅਸੀਂ ਆ, ਅਸੀਂ ਵੀ ਇਕੱਲੇ ਹਾਂ ਤੇ ਇਹਦੇ ਮੰਮੀ ਡੈਡੀ ਵੀ ਇਕੱਲੇ ਨੇ। ਤੇ ਹੁਣ ਜਦੋਂ ਫਿਰ ਕਿਸੇ ਰਿਸ਼ਤੇਦਾਰ ਦਾ ਫੋਨ ਆ ਜਾਂਦਾ, ਕਿਤੇ ਕੋਈ ਐਮਰਜੈਂਸੀ ਹੁੰਦੀ ਆ, ਜਦੋਂ ਹੁਣ ਆਪਾਂ ਇੱਕ ਦੂਜੇ ਦਾ ਸਾਥ ਹੀ ਨਹੀਂ ਦੇਣਾ ਹੈਗਾ ਕੋਈ ਪ੍ਰੋਬਲਮ ਦੇ ਵਿੱਚ, ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਚਲੋ ਫਿਰ ਭੇਜਣਾ ਹੀ ਪੈਂਦਾ, ਜਦੋਂ ਕਿਸੇ ਵੀ ਰਿਸ਼ਤੇਦਾਰੀ 'ਚ ਕਿਸੇ ਨੂੰ ਲੋੜ ਪੈਂਦੀ ਆ ਕੰਮ ਕਰ ਲਈ ਵੀ ਸਾਡੇ ਕੋਲ ਛੱਡ ਦਿਓ 5-7 ਦਿਨ ਲਈ। ਤੇ ਇੱਦਾਂ ਜਦੋਂ ਮੈਂ ਇਕੱਲੀ ਹੁੰਦੀ ਸੀ, ਮੈਂ ਵੀ ਆਪਣਾ ਆਪਣੇ ਪੇਕਿਆਂ ਨੂੰ ਫੋਨ ਕਰ ਦਿੰਦੀ ਸੀ, ਮੇਰੀ ਭਤੀਜੀਆਂ ਸੀ, ਮੇਰੀਆਂ ਭਰਜਾਈਆਂ ਸੀ, ਮੇਰੇ ਭਰਾ ਉਦੋਂ ਹੀ ਛੱਡ ਜਾਂਦੇ ਹੁੰਦੇ ਸੀ। ਰਿਸ਼ਤੇਦਾਰੀ ਦਾ ਇਹੀ ਫਾਇਦਾ ਹੁੰਦਾ ਵੀ ਤੁਸੀਂ ਇੱਕ ਦੂਜੇ ਦਾ ਸਾਥ ਦਿਓ। ਇੱਦਾਂ ਹੀ ਹੁਣ ਸਾਡੀ ਮਹਿਕ ਮੇਰੇ ਵਾਲੀ ਡਿਊਟੀ 'ਤੇ ਰਹਿੰਦੀ ਆ, ਅਤੇ ਜਿੱਦਾਂ ਮੈਂ ਜਾਂਦੀ ਸੀ ਪਹਿਲਾਂ ਰਿਸ਼ਤੇਦਾਰੀਆਂ ਦੇ ਵਿੱਚ ਆਪਣੀਆਂ ਨਣਦਾਂ ਕੋਲ ਵੀ, ਜਿੱਦਾਂ ਵੀਰ ਜੀ ਆਏ ਨੇ, ਮਾਸੀ ਜੀ ਆਏ ਹੋਏ ਨੇ, ਅਤੇ ਮੈਂ ਜਾਣਾ ਮਹੀਨਾ ਮਹੀਨਾ ਵੀ ਮੈਂ ਰਹਿ ਕੇ ਆਉਂਦੀ ਰਹੀ ਹਾਂ। ਦੂਜੀ ਦੀਦੀ ਦੇ ਘਰ ਵੀ ਮੈਂ ਕਾਫੀ ਦਿਨ ਰਹਿ ਆਉਂਦੀ ਸੀ। ਚਲੋ ਜਦੋਂ ਸਰਦਾ ਹੁੰਦਾ ਤਾਂ ਜਾਣਾ ਹੀ ਪੈਂਦਾ ਆਪਾਂ ਨੂੰ, ਸਰਦਾ ਨਾ ਵੀ ਹੋਵੇ ਪਰ ਜਿੱਥੇ ਜਾਣਾ ਉੱਥੇ ਹੀ ਜਾਣਾ ਹੀ ਜਾਣਾ। ਜਦੋਂ ਆਪਣੇ ਰਿਸ਼ਤੇਦਾਰ ਆਪਣਾ ਸਾਥ ਦਿੰਦੇ ਨੇ ਤਾਂ ਆਪਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ। ਮਹਿਕ ਦੀ ਹੁਣ ਵੀ ਤਿਆਰੀ ਆ, ਇਹਨੇ ਫਿਰ ਜਾਣਾ, ਦੇਖੋ ਹੁਣ ਕਿੰਨੇ ਦਿਨ ਲਾ ਕੇ ਆਉਂਦੀ ਹੈ। ਡਿਮਾਂਡ ਇਹਨੂੰ ਪਹਿਲਾਂ ਹੋਰ ਜਗ੍ਹਾ ਤੋਂ ਆਈ ਹੋਈ ਸੀਗੀ, ਹੁਣ ਇਹਦੀ ਨਨਾਣ ਰੁੱਸ ਜੂਗੀ ਵੀ ਪਹਿਲਾਂ ਮੇਰੇ ਕੋਲ ਤੂੰ ਕਿਉਂ ਨਹੀਂ ਆਈ ਮਹਿਕ। ਅਤੇ ਬਾਕੀ ਦੇਖਦੇ ਹੁਣ, ਮੈਂ ਸੋਚਿਆ ਚਲੋ ਵੀ ਉੱਧਰੋਂ ਆਉਂਦੀ ਆਉਂਦੀ ਤੂੰ ਉੱਥੇ ਵੀ 5-4 ਦਿਨ ਲਾਇਆ ਹੀ, ਕਿਉਂਕਿ ਇੱਦਾਂ ਹੁਣ ਜਿੱਦਾਂ ਕਿ ਹੁਣ ਮਨੀ ਆਉਣੀ, ਅੰਗਦ ਹੋਣੀ ਸਾਰੇ ਆਏ ਹੋਏ ਨੇ, ਸ਼ਰਨ ਆਉਣੀ, ਅਤੇ ਘਰ ਵਿੱਚ ਰੌਣਕ ਆ, ਚਲੋ ਦਿਲ ਲੱਗਿਆ ਰਹਿੰਦਾ ਹੈ ਨਾ। ਅਤੇ ਪਰ ਜਦੋਂ ਫਿਰ ਮਹਿਕ ਚਲੇ ਜਾਂਦੀ ਆ, ਡੈਡੀ ਇਹਦੇ ਮੋਟਰ 'ਤੇ ਚਲੇ ਜਾਂਦੇ ਨੇ, ਅਤੇ ਮੈਂ ਇਕੱਲੀ ਘਰ ਹੁੰਦੀ ਹਾਂ, ਬੱਚੇ ਸਕੂਲ ਚਲੇ ਜਾਂਦੇ ਨੇ, ਉੱਪਰ ਵਾਲੇ ਚਾਚੀ ਵੀ ਉੱਪਰ ਇਕੱਲੀ ਹੁੰਦੀ ਆ, ਅਤੇ ਫਿਰ ਇਹਦੇ ਡੈਡੀ ਨੂੰ ਵੀ ਆਦਤ ਆ ਥੋੜ੍ਹੀ ਜਿਹੀ, ਅਤੇ ਇਹਨਾਂ ਦੀ ਜ਼ਿਆਦਾ ਥੋੜ੍ਹੀ ਜਿਹੀ ਟਿੱਕਾ ਟਿੱਪਣੀ ਚੱਲਦੀ ਰਹਿੰਦੀ ਆ ਦੋਨਾਂ ਜਣਿਆਂ ਦੀ, ਨਿਊਜ਼ ਬਾਰੇ ਹੋਰ ਸਾਰਾ। ਅਤੇ ਫਿਰ ਉਹਨਾਂ ਨੂੰ ਵੀ ਐਂ ਲੱਗਦਾ ਵੀ ਮੇਰਾ ਦਿਲ ਨਹੀਂ ਲੱਗਦਾ ਹੈਗਾ ਮੈਕ ਤੋਂ ਬਿਨਾਂ। ਉਹਨਾਂ ਨੇ ਰੋਜ਼ ਪੁੱਛਣਾ ਕਿਉਂ ਨਹੀਂ ਆਈ, ਕਈ ਵਾਰੀ ਮੇਰੇ ਨਾਲ ਗੁੱਸੇ ਵੀ ਹੋ ਜਾਂਦੇ ਨੇ ਵੀ ਤੂੰ ਉਹਨੂੰ ਫੋਨ ਕਰ ਆ ਜੂਗੀ। ਮੈਂ ਕਹਿੰਦੀ ਹਾਂ ਵੀ ਚਲੋ ਕੋਈ ਗੱਲ ਨਹੀਂ, ਬੱਚੀ ਆ, ਮਨ ਥੋੜ੍ਹਾ ਹੋਰ ਹੋ ਜਾਂਦਾ, ਬੱਚਾ 5-4 ਦਿਨ ਕਿਸੇ ਪਾਸੇ ਰਹਿ ਆਵੇ ਅਤੇ ਫਰਕ ਪੈ ਜਾਂਦਾ। ਆਪਣਾ ਪਿਛਲਾ ਦੇਖ ਕੇ ਆਪਾਂ ਨੂੰ ਚੱਲਣਾ ਚਾਹੀਦਾ, ਵੀ ਸਾਨੂੰ ਵੀ ਹੁੰਦਾ ਸੀਗਾ ਵੀ ਅਸੀਂ ਜਾਈਏ ਕਿਤੇ ਰਹਿ ਕੇ ਆਈਏ, ਖਾਸ ਕਰਕੇ ਜਦੋਂ ਮੇਰਾ ਬੇਟਾ ਇੱਥੇ ਨਹੀਂ ਹੈਗਾ, ਅਤੇ ਥੋੜ੍ਹਾ ਉਹਦੇ ਨਾਲ ਚਲੋ ਹੋ ਜਾਂਦਾ ਵੀ ਬੱਚੇ ਨੂੰ ਥੋੜ੍ਹਾ ਬਹੁਤਾ ਕਿਸੇ ਪਾਸੇ ਭੇਜ ਦਿਉ, ਘੁੰਮ ਫਿਰ ਆਓ। ਅਤੇ ਅੱਜ ਇਹਦੇ ਸਵੇਰੇ ਮਾਮਾ ਮਾਮੀ ਜੀ ਦਾ ਫੋਨ ਆਇਆ ਸੀਗਾ, ਪਹਿਲਾਂ ਉਹਨਾਂ ਨੇ ਪਟਿਆਲੇ ਵਾਲਿਆਂ ਨੂੰ ਫੋਨ ਕੀਤਾ, ਕਿਉਂਕਿ ਉਹ ਵੀ ਇਕੱਲੇ ਨੇ, ਇਹਦੇ ਮਾਸੜ ਜੀ ਜੋਬ ਕਰਦੇ ਨੇ, ਉਹਨਾਂ ਤੋਂ ਜਾ ਨਹੀਂ ਹੁੰਦਾ ਹੈਗਾ ਫਿਰ। ਅਤੇ ਵੱਡੀ ਸਿਸਟਰ ਆ, ਉਹਨਾਂ ਦੇ ਘਰ ਵੀ ਫਿਰ ਹੁਣ ਨੋਹਾਂ ਨੇ, ਬੱਚੇ ਨੇ ਛੋਟੇ ਛੋਟੇ, ਅਤੇ ਉਹਨਾਂ ਨੇ ਡੰਗਰ ਵਗੈਰਾ ਰੱਖੇ ਹੋਏ ਨੇ। ਚਲੋ ਸਾਡਾ ਥੋੜ੍ਹਾ ਬਹੁਤਾ ਸਰ ਜਾਂਦਾ, ਸਾਡੇ ਤਾਂ ਅਸੀਂ ਵੀ ਜੇ ਇੱਕ ਦੂਜੇ ਨੇ ਜਾਣਾ ਹੋਵੇ ਤਾਂ ਸਾਡਾ ਸਰ ਜਾਂਦਾ, ਅਤੇ ਭਾਵੇਂ ਮਨਰਾਜ ਉਹਨਾਂ ਦੀ ਮੰਮੀ ਚਲੀ ਜਾਵੇ ਜਾਂ ਮੈਂ, ਫਿਰ ਚਲੋ ਸਾਡਾ ਸਰ ਜਾਂਦਾ ਰੋਟੀ ਦਾ। ਪਰ ਜਦੋਂ ਹੁਣ ਬੱਚੇ ਆਏ ਹੁੰਦੇ ਨੇ ਫਿਰ ਔਖਾ ਹੋ ਜਾਂਦਾ। ਵੈਸੇ ਔਫਰ ਤਾਂ ਮੈਨੂੰ ਆਈ ਸੀ ਵੀ ਤੂੰ ਆ ਜਾ ਭੈਣੇ, ਅਤੇ ਮੈਂ ਕਿਹਾ ਵੀ ਨਹੀਂ ਮੈਂ ਤਾਂ ਆ ਨਹੀਂ ਸਕਦੀ, ਹੁਣ ਅੰਗਦ ਹੋਣੀ ਨੇ, ਫਿਰ ਉਹਨੂੰ ਇਕੱਲੀ ਨੂੰ ਔਖਾ ਹੋ ਜਾਂਦਾ ਘਰ ਦੇ ਕੰਮ ਦਾ ਵੀ, ਹੁੰਦਾ ਵੀ ਨਹੀਂ ਬੱਚੇ ਨਾਲ ਕੰਮ 'ਤੇ, ਕਿਉਂਕਿ ਫਿਰ ਰੋਟੀ ਪਾਣੀ ਵੀ ਨਹੀਂ ਬਣਾ ਹੁੰਦਾ ਹੈਗਾ, ਬੱਚੇ ਹੀ ਸਾਂਭ ਹੁੰਦਾ ਇੱਕ ਜਣੇ ਤੋਂ ਤਾਂ। ਅਤੇ ਫਿਰ ਹੁਣ ਚਲੋ ਮਹਿਕ ਦਾ ਨੰਬਰ ਪਿਆ, ਅਤੇ ਇਹਦੇ ਮਾਮਾ ਜੀ ਦਾ ਫੋਨ ਆਇਆ ਸੀ ਸਵੇਰੇ। ਘਰ 'ਚ ਕੋਈ ਬਿਮਾਰੀ ਠਮਾਰੀ ਇੱਦਾਂ ਚੱਲਦੀ ਹੋ ਰਹਿੰਦੀ ਆ, ਅਤੇ ਕੁਛ ਹੁਣ ਕੰਮ ਦਾ ਕਾਫੀ ਜ਼ੋਰ ਆ ਜੀਰੀ ਜੂਰੀ ਲਾਉਣ ਕਰਕੇ, ਅਤੇ ਫਿਰ ਇਹਨੇ ਇਹਨੂੰ ਬੁਲਾਇਆ ਸੀ ਇੱਕ ਜਣੇ ਨੂੰ, ਮੈਂ ਕਿਹਾ ਚੱਲ ਮਹਿਕ ਤੂੰ ਜਾਇਆ ਵੀ 5-7 ਦਿਨ ਲਾਇਆ, ਪਰ ਉਹਦਾ ਵੈਸੇ ਕਹਿੰਦਾ ਸੀ 1 ਹਫ਼ਤਾ ਤੁਸੀਂ ਲਾ ਕੇ ਜਾਓ, 1 ਹਫ਼ਤਾ ਮਹਿਕ ਨੂੰ ਭੇਜ ਦਿਓ। ਮੈਂ ਕਿਹਾ ਵੀ ਨਹੀਂ, ਫਿਲਹਾਲ ਤਾਂ ਮਹਿਕ ਹੀ ਆਊਗੀ, ਅਤੇ ਉਹਦੇ ਬਾਅਦ 'ਚ ਚਲੋ ਮੈਂ 2-4 ਦਿਨ ਫਿਰ ਆਜੂੰਗੀ। ਅਤੇ ਮੇਰੀ ਭਾਣ ਜੀ ਵੀ ਪਟਿਆਲੇ ਵਾਲੀ ਗੁੱਸੇ ਹੋਈ ਹੋਈ ਆ ਜੀ, ਵੀ ਜੇ ਮਾਸੀ ਤੁਸੀਂ ਹੁਣ ਨਹੀਂ ਮਹਿਕ ਭਾਬੀ ਨੂੰ ਭੇਜਣਾ ਹੈਗਾ, ਅਤੇ ਫਿਰ ਤੁਸੀਂ ਇੱਥੇ ਆ ਕੇ ਪਟਿਆਲੇ ਨਹੀਂ ਵੜਨਾ ਹੈਗਾ, ਅਤੇ ਚਲੋ ਉੱਥੇ ਲਾ ਕੇ 1 ਹਫ਼ਤਾ, ਅਤੇ ਫਿਰ ਉੱਥੇ ਲਾਇਆ ਆਊਗੀ ਪਟਿਆਲੇ, ਅਤੇ ਉਸ ਤੋਂ ਬਾਅਦ ਫਿਰ ਇਹਦਾ ਭਲਾਈ ਆਣੇ ਦਾ ਕਿਹੜਾ ਵੀ ਮਰਾਵਾਂਗੇ। ਇਹਦੇ ਡੈਡੀ ਦੇ ਵੀ ਬਹੁਤ ਫੋਨ ਆਉਂਦੇ ਰਹਿੰਦੇ ਨੇ, ਕਹਿੰਦੇ ਮਹਿਕ ਸਾਡਾ ਦਿਲ ਨਹੀਂ ਲੱਗਦਾ ਹੈਗਾ ਵੀ ਸਾਡੇ ਕੋਲ ਵੀ 5-7 ਦਿਨ ਰਹਿ ਜਾ, ਵੀ ਚਲੋ ਹੁਣ ਸ਼ਰਨ ਹੋਣੀ ਆਏ ਹੋਏ ਨੇ, ਚਲੋ ਦੇਖਦੇ ਹਾਂ ਫਿਰ ਉਦੋਂ ਬਾਅਦ 'ਚ ਇਹਨੂੰ ਉੱਧਰ ਭੇਜ ਦਾਂਗੇ। ਕੰਮ ਤਾਂ ਚੱਲਦੇ ਹੀ ਰਹਿੰਦੇ ਨੇ, ਭਾਵੇਂ ਇਕੱਲਾ ਭਾਵੇਂ 2 ਜਣੇ ਨੇ, ਪਰ ਇੱਦਾਂ ਫਿਰ ਮੇਰੀ ਹੈਲਪ ਹੋ ਜਾਂਦੀ ਹੈ ਨਾ, ਮੈਂ ਇਸ ਕਰਕੇ ਵੀ ਨਹੀਂ ਇਹਨੂੰ ਭੇਜਦੀ ਹੈਗੀ, ਫਿਰ ਕੰਮ ਜ਼ਿਆਦਾ ਕਰਨਾ ਪੈ ਜਾਂਦਾ। ਨਾਨਕਿਆਂ ਤੋਂ ਆਉਂਦੇ ਆਉਂਦੇ ਜੀ ਇਹ ਪਟਿਆਲੇ ਰਹਿ ਲੂਗੀ 5-4 ਦਿਨ, ਕਿਉਂਕਿ ਇਹਦਾ ਮਾਸੜ ਵੀ ਬਹੁਤ ਜ਼ਿਆਦਾ ਕਹਿੰਦਾ ਰਹਿੰਦਾ ਵੀ ਮਹਿਕ ਜਦੋਂ ਤੂੰ ਆ ਜਾਂਦੀ ਆ ਸਾਡਾ ਦਿਲ ਲੱਗ ਜਾਂਦਾ, ਰੌਣਕ ਲੱਗ ਜਾਂਦੀ ਆ। ਹੁੰਦਾ ਹੀ ਆ, ਚਲੋ ਹੁਣ ਜਿੱਦਾਂ ਕਿ ਮੇਰੀ ਭਾਣ ਜੀ ਆਈ ਆ, ਉਹਦੇ ਨਾਲ ਵੀ ਕਾਫੀ ਘਰ ਵਿੱਚ ਰੌਣਕ ਲੱਗ ਜਾਂਦੀ ਆ, ਅਤੇ ਉਹਨੂੰ ਵੀ ਇੱਦਾਂ ਵੀ ਚਲੋ ਹਾਣ ਹਾਣਦਿਆਂ ਨੂੰ ਇੱਕੋ ਜਿਹਾ ਹੁੰਦਾ ਹੀ ਆ ਵੀ ਅਸੀਂ ਇਕੱਠੀਆਂ ਰਹਿ ਲਈਏ, ਅਤੇ ਉਹਦਾ ਵਿਚਾਰੀ ਦਾ ਹਰ ਰੋਜ਼ ਹੀ ਫੋਨ ਆਉਂਦਾ। ਕੱਲ੍ਹ ਦੂਰ ਹੀ ਬੋਲੀ ਜਾਂਦੀ ਸੀ ਫੋਨ 'ਤੇ, ਮੈਂ ਕਿਹਾ ਕੋਈ ਗੱਲ ਨਹੀਂ ਭਾਈ ਆਜੂਗੀ, ਅਤੇ ਮੈਂ ਜੋ ਉਹਦੇ ਨਾਲ ਵਾਅਦਾ ਕੀਤਾ। ਫਿਰ ਇੱਦਾਂ ਹੁੰਦਾ ਚਲੋ ਜਦੋਂ ਕੁੜੀਆਂ ਵਿਆਹੀਆਂ ਹੁੰਦੀਆਂ ਨੇ, ਫਿਰ ਜਦੋਂ ਉੱਧਰੋਂ ਸਹੁਰਿਆਂ ਦਾ ਫੋਨ ਆ ਜਾਂਦਾ, ਫਿਰ ਉਹਨਾਂ ਨੂੰ ਵੀ ਜਾਣਾ ਪੈਂਦਾ, ਉਹਨੂੰ ਇੱਦਾਂ ਵੀ ਚਲੋ ਮੈਂ
ਵੀ ਅਸੀਂ 5-7 ਦਿਨ ਇਕੱਠੇ ਰਹਿ ਲਾਂਗੇ ਚਲੋ ਮਨ ਹੋਰ ਹੋ ਜਾਂਦਾ ਬੱਚਿਆਂ ਦਾ ਇੱਕ ਦੂਜੇ ਨਾਲ ਗੱਲ ਕਰਕੇ ਕੱਲੀ ਨੂੰ ਕਿਸੇ ਪਾਸੇ ਜਾ ਵੀ ਨਹੀਂ ਨਾ ਹਾਂ ਕੱਲੀ ਜਾਂਦੀ ਨਹੀਂ ਨਾ ਕਿਸੇ ਪਾਸੇ ਮਾਸੀ ਫਿਰ ਇੰਨਾ ਜਾ ਨਹੀਂ ਸਕਦੀ ਹੈਗੀ ਫਿਰ ਜੇ ਦੋਨੇ ਕੁੜੀਆਂ ਕੁੜੀਆਂ ਹੋਣ ਤੇ ਬਾਹਰ ਘੁੰਮ ਫਿਰ ਵੀ ਲੈਂਦੀਆਂ ਨੇ ਚਲੋ ਜੇ ਉੱਥੇ ਲਾਇਆ ਹੋਊਗੀ 5-4 ਦਿਨ ਨਾਲੇ ਉਹਨਾਂ ਦਾ ਮਨ ਖੁਸ਼ ਹੋ ਜਾਊਗਾ ਫਿਰ ਤੇ ਆ ਕੇ ਦੇਖਦੇ ਆ ਉਧਰੋਂ ਸਿੱਧੀ ਜਾਊਗੀ ਪਰ ਸਿੱਧੀ ਤਾਂ ਨਹੀਂ ਜਾਣ ਦੇਣਾ ਇੱਥੋਂ ਘਰੋਂ ਆ ਕੇ ਭੇਜਾਂਗੇ ਤੇ ਫਿਰ ਉੱਥੇ ਆਪਣੇ ਡੈਡੀ ਉਹਨਾਂ ਨੂੰ ਮਿਲਿਆ ਲੈ ਧੱਕਾ ਨਹੀਂ ਹੋ ਰਿਹਾ ਭੇਜਾਂਗੇ ਪਟਿਆਲੇ ਤੋਂ ਬੱਸਾਂ ਵਧੀਆ ਜਾਂਦੀਆਂ ਉੱਥੋਂ 2 ਘੰਟੇ ਜਾਂ 2.5 ਘੰਟੇ ਚ ਪਹੁੰਚ ਜਾਂਦੀ ਹੈ ਉਧਰੋਂ ਛੇਤੀ ਚਲੇ ਜਾਂਦਾ ਨਾ ਤੇ ਇਧਰੋਂ ਆਪਣੇ ਵੱਲੋਂ ਔਖਾ ਹੁੰਦਾ ਪਹਿਲਾਂ ਲੁਧਿਆਣੇ ਜਾਓ ਤੇ ਫਿਰ ਉੱਥੋਂ ਵੈਸੇ ਵੀ ਲੁਧਿਆਣੇ ਤੋਂ ਅੱਗੇ ਜਾਂਦੀ ਬੱਸ ਨਾ ਰੋਕ ਰੋਕ ਕੇ ਜਾਂਦੀ ਹੈ ਤਾਂ ਹੀ ਬੱਸ ਹੋ ਜਾਂਦੀ ਹੈ ਆਪਣੀ ਸਾਰਿਆਂ ਦੇ ਨਾਲ ਬੱਸ ਦੇ ਵਿੱਚ ਬੱਸ ਹੀ ਹੁੰਦੇ ਹੁੰਦੇ ਆ ਹੋਰ ਕੀ ਹੋਣਾ ਹੁੰਦਾ ਵੋਲਵੋ ਦੇ ਇਧਰੋਂ ਟਾਈਮ ਨਹੀਂ ਹੈਗਾ ਅਸਲ ਦੇ ਵਿੱਚ ਇੱਕੋ ਟਾਈਮ ਆ 11 ਵਜੇ ਉਹ ਸਾਡਾ ਸੈੱਟ ਬਹੁਤ ਘੱਟ ਹੀ ਬਹਿੰਦਾ ਉਧਰੋਂ ਜਾਂਦੀਆਂ ਰਹਿੰਦੀਆਂ ਨੇ ਬਠਿੰਡੇ ਨੂੰ ਕਿਉਂਕਿ ਚੰਡੀਗੜ੍ਹ ਨੂੰ ਜਾਂਦੀਆਂ ਨੇ ਨਹੀਂ ਚਲੋ ਮਾਂ ਪਿਓ ਨੂੰ ਵੀ ਹੁੰਦਾ ਵੀ ਸਾਡੇ ਕੋਲ ਵੀ ਬੱਚਾ ਰਹੇ ਕਿਉਂਕਿ ਮਹਿਕ ਰਹੀ ਵੀ ਬਹੁਤ ਘੱਟ ਆ ਤੇ ਜਾਂਦੀ ਆ 5-4 ਦਿਨ ਰਹਿ ਕੇ ਵਾਪਸ ਆ ਜਾਂਦੀ ਆ ਨਾਲ ਲੈ ਜਾਂਦੀ ਆ ਫਿਰ ਕਿਸੇ ਨੂੰ ਜਾਂ ਰਾਜਦੀਪ ਚਲੇ ਜਾਂਦਾ ਜਾਂ ਮੈਨੂੰ ਲੈ ਜਾਂਦੀ ਆ ਤੇ ਫਿਰ ਇਹ ਹੁੰਦਾ ਵੀ ਮੈਂ ਵਾਪਸੀ ਆ ਜਾਣਾ ਅਸਲ ਦੇ ਵਿੱਚ ਪਤਾ ਕੀ ਹੁੰਦਾ ਜਿੰਨੇ ਵਾਰ ਵੀ ਅਸੀਂ ਜਾਂਦੇ ਹਾਂ ਮਤਲਬ ਥੋੜੇ ਕੁ ਦਿਨਾਂ ਲਈ ਜਾਈਦਾ ਅਸੀਂ ਜਾਂ ਮੁਕਤਸਰ ਸਾਹਿਬ ਦਰਸ਼ਨ ਲਈ ਚਲੇ ਜਾਈਦਾ ਤਲਵੰਡੀ ਸਾਹਿਬ ਉਹ ਸਾਡਾ ਦਿਨ 2-3 ਦਿਨ ਬਾਹਰ ਹੀ ਨਿਕਲ ਜਾਂਦੇ ਘਰ ਰਹਿ ਹੀ ਨਹੀਂ ਹੁੰਦਾ ਨਾ ਫਿਰ ਬਾਹਰ ਹੀ ਨਿਕਲ ਜਾਂਦੇ ਨੇ ਐਤਕੀ ਮੈਂ ਵਿਸਾਖੀ ਨੂੰ ਗਈ ਸੀਗੀ 3-4 ਦਿਨ ਮੈਂ ਦਮਦਮਾ ਸਾਹਿਬ ਹੀ ਲਾਇਆ ਹੀ ਮੈਂ ਫਿਰ ਬਸ 2 ਦਿਨ ਹੀ ਘਰੇ ਲੱਗੇ ਉਹ ਵੀ ਫਿਰ ਉਦੋਂ ਰੈਸਟ ਕਰਦੀ ਜੇ ਨਿਕਲ ਗਏ ਫਿਰ ਡੈਡੀ ਜੀ ਮਤਲਬ ਕਹਿੰਦੇ ਕਿ ਸਾਡੇ ਕੋਲ ਰਹਿੰਦੀ ਨਹੀਂ ਹੈਗੀ ਉਹ ਕਹਿੰਦੇ ਸਾਡਾ ਵੀ ਦਿਲ ਨਹੀਂ ਲੱਗਦਾ ਵੀ ਸਾਡੇ ਨਾਲ ਤਾਂ ਕੋਈ ਗੱਲਬਾਤ ਹੀ ਨਹੀਂ ਹੁੰਦੀ ਪਤਾ ਕੀ ਆ ਨਾ ਘਰ 'ਚ ਕੋਈ ਬੱਚਾ ਹੀ ਨਹੀਂ ਹੈਗਾ ਹੁਣ ਰਿੱਕੀ ਬਾਹਰ ਆ ਜੇ ਇੱਕ ਅੱਧਾ ਬੱਚਾ ਘਰ ਹੋਵੇ ਜੀ ਹੁਣ ਮਨਾ ਰਾਜਦੀਪ ਹੋਣੀ ਚਲੋ ਫਿਰ ਵੀ ਮਨ ਲੱਗ ਜਾਂਦਾ 2-4 ਵਾਰੀ ਨੀਚੇ ਆਉਂਦੇ ਨੇ ਬੈਠੇ ਰਹਿੰਦੇ ਨੇ ਘੰਟਾ ਘੰਟਾ ਤੇ ਫਿਰ ਤੇਰੇ ਮੰਮੀ ਡੈਡੀ ਤਾਂ ਇਕੱਲੇ ਨੇ ਔਖਾ ਤਾਂ ਹੋ ਹੀ ਜਾਂਦਾ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਰਾਜਦੀਪ ਨੂੰ ਰੱਖ ਲਓ ਪੱਕੇ ਦੌਰ ਤੇ ਰਾਜਦੀਪ ਨੇ ਰਹਿਣਾ ਹੀ ਨਹੀਂ ਸੇਵਾ ਕਰੀ ਚੱਲੋ ਇਹਦੀ ਤਾਂ ਬਸ ਇਹ ਤਾਂ ਖਾਣ ਪੀਣ ਨੂੰ ਚਾਹੀਦਾ ਬਸ ਜਿੱਥੇ ਮਰਜ਼ੀ ਛੱਡ ਦੋ ਆਪਾਂ ਨੇ ਜੀ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਨੀਆਂ ਸੀਗੀਆਂ ਕਿਉਂਕਿ ਫੇਰ ਕਾਫੀ ਕੁਐਸਚਨ ਆਈ ਜਾਂਦੇ ਨੇ ਮਹਿਕ ਕਿੱਥੇ ਗਈ ਹੈ ਕਿੱਥੇ ਗਈ ਹੋਈ ਆ ਇਸ ਕਰਕੇ ਆਪਾਂ ਨੇ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਸੀਗੀਆਂ ਤੇ ਇੱਥੇ ਹੀ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।